15 ਫੁੱਟ ਤੋਂ ਵੱਧ ਹੀ ਹੋਣਾ ਹੈ ਅਸੀਂ ਕੈਲੰਗਟ ਬੀਚ ਦੇ ਉੱਤੇ ਜੋ ਕਿ ਗੋਆ ਦੀ ਬਹੁਤ ਬੜੀ ਹੀ ਕਰਾਊਡਡ ਬੀਚ ਹੈ ਸੋ ਕੱਲ੍ਹ ਅਸੀਂ ਰਾਤੀ ਬਾਗਾ ਬੀਚ 'ਤੇ ਗਏ ਸੀ ਕਾਫੀ ਲੇਟ ਹੈ ਸੋ ਅਸੀਂ ਹੁਣ ਕੈਲੰਗਟ ਬੀਚ 'ਤੇ ਆਏ ਥੋੜ੍ਹਾ ਦਿਨ ਦਿਨ ਕਾਫੀ ਜ਼ਿਆਦਾ ਕਰਾਊਡ ਹੈ ਜੀ ਇੱਥੇ ਵੀ ਅਤੇ ਕਿ ਜਿੱਦਾਂ ਸਾਰੇ ਇਨਫੋਰਮੇਸ਼ਨ ਦੇਣ ਲੱਗੇ ਕਹਿ ਦਿੰਦੇ ਆ ਜੀ ਇੱਥੇ ਨਵੰਬਰ ਦਸੰਬਰ ਦੇ ਵਿੱਚ ਸੀਜ਼ਨ ਹੈ ਜੀ ਗੋਆ ਦਾ ਇੱਥੇ ਕਿ ਠੀਕ ਹੈ ਆਫ ਸੀਜ਼ਨ ਹੈ ਕੋਈ ਆਫ ਸੀਜ਼ਨ ਸੂਜਨ ਨਹੀਂ ਹੈ ਜੀ ਕੀੜੀਆਂ ਉਹ ਇੱਥੇ ਬੰਦੇ ਤੁਰੇ ਫਿਰਦੇ ਆ ਜਗ੍ਹਾ ਇੱਥੇ ਮਿਲਦੀ ਨਹੀਂ ਕਿਤੇ ਪਾਰਕਿੰਗ 'ਚ ਨਹੀਂ ਮਿਲਦੀ ਸਪੇਸ ਕਿਤੇ ਹੋਟਲ 'ਚ ਕਿਤੇ ਰੂਮ ਨਹੀਂ ਮਿਲਦਾ ਪਿਆ ਆਹ ਕਾਜੂਆਂ ਦੀਆਂ ਦੁਕਾਨਾਂ ਜੀ ਗੋਆ ਕਾਜੂ ਜੋ ਕਿ ਬਹੁਤ ਫੇਮਸ ਹੈ ਕਾਫੀ ਸਸਤਾ ਕਾਜੂ ਹੈ ਜੀ ਇੱਥੇ ਬਾਕੀ ਕਈ ਲੁੱਟਦੇ ਬਹੁਤ ਹੈ ਇੱਥੇ ਉਸ ਚੀਜ਼ ਤੋਂ ਬਚੋ ਕਈ ਲੋਕ ਇੱਥੇ ਲੁੱਟਦੇ ਬਹੁਤ ਹੈ ਜੀ ਐਵੇਂ ਤੁਹਾਡੇ ਕੋਲ ਐਕਸਟਰਾ ਪੈਸੇ ਲੈ ਲੈਂਦੇ ਆ ਸੋ ਉਹਨਾਂ ਫਰੋਡਾਂ ਤੋਂ ਬਚੋ ਸਾਹਮਣੇ ਠਾਠਾਂ ਮਾਰਦਾ ਸਮੁੰਦਰ ਦਿਖ ਰਿਹਾ ਜੀ ਮੈਨੂੰ ਹੀ ਸ਼ਾਂਤ ਕਰਨਾ ਪੈਣਾ ਹੈ ਕਹਿੰਦੇ ਸਮੁੰਦਰ ਬੜਾ ਸ਼ਾਂਤ ਆ ਇਹ ਹੁਣ ਮੈਨੂੰ ਹੀ ਸ਼ਾਂਤ ਕਰਨਾ ਪੈਣਾ ਬਸ ਜਾਂਦੇ ਨੇ ਜਿੱਦਾਂ ਐਕਵਾਮੈਨ ਦੇ ਨਾਂ 'ਤੇ ਕਰਨਾ ਐਕਵਾਮੈਨ ਸਮਝਾ ਸੀੜੀ ਮਾਰ ਰਿਹਾ ਜੀ ਕੋਈ ਮੈਨੂੰ ਬੰਦਾ ਹਜੇ ਤੱਕ ਨਹੀਂ ਦਿਖਿਆ ਕੌਣ ਹੈ ਅੱਛਾ ਆਹ ਬੰਦਾ ਮਾਰਦਾ ਜੀ ਆਹ ਭਰਾ ਸਾਡਾ ਸੇਵ ਕਰਦਾ ਜੀ ਸਾਰਿਆਂ ਨੂੰ ਇਹ ਕੋਈ ਸੇਵ ਕਰਦਾ ਸਭ ਕੋ ਬਚਾ ਰਿਹਾ ਜੇ ਬੰਦ ਕਰੀ ਸ਼ੁਰੂ ਹੋ ਜਾਏਗਾ ਪਾਣੀ ਵਧਣਾ